50 ग्राम की चिप्स बना के अमीर उही कारपोरेटा नूं एक कानून हक दवाउंदा है ते किसानां तों जमीनां खोहंदा है ते इही वीरो मजदूर दी ते इही छोटे व्यापारी दा इह सारिआं दे इही कानून खिलाफ है। सो सारे ही वीरां नूं मेरी बेनती है वी इत्थे आ के इहनां गुंडिआं दा विरोध करके आपां क्योंकि इहनां काले कानूनां दा कारण ही आपां सारे अज सड़कां ते बैठे हां। जिहड़े 70% जिहदे नाल रुजगार नाल जुड़े हुए ते उह सड़कां ते बैठ के आपदे हक्कां दी लड़ाई लड़ रहे आ वीरो ते इह ਲੋੜੀ ਤੇ ਇੰਨੀ ਕਿਸਾਨ ਦੀ ਸਰਕਾਰ ਸੁਣ ਨਹੀਂ ਰਹੀ। ਸੋ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਲੋਕ ਮੇਰੀ ਆਵਾਜ਼ ਸੁਣਦੇ ਆ ਉਹ ਇੱਥੇ ਆਉਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੁਸੀਂ ਉਹਨਾਂ ਲੋਕਾਂ ਤੋਂ ਕੀ ਲੈ ਲਓਗੇ ਅਗਰ ਉਹ ਤਾਂ ਦੇ ਵੀ ਦੇਣਗੇ, ਮੈਂ ਪਹਿਲੇ ਵੀ ਕਿਹਾ ਅਗਰ ਤੁਹਾਨੂੰ ਕੋਈ ਮੰਡਲ ਅਧਿਕਸ਼ ਜ਼ਿਲ੍ਹਾ ਅਧਿਕਸ਼ ਬਣਾ ਦੇਣਗੇ ਜਦੋਂ ਮੁੱਖ ਮੰਤਰੀ ਦਾ ਹੈਲੀਕਾਪਟਰ ਤੇ ਅਸੀਂ ਉੱਤਰ ਨਹੀਂ ਦਿੰਦੇ ਤੁਸੀਂ ਕੀ ਕਰ ਲਓਗੇ? अगर कोई प्रशासन वाले तो कोई गली का ठेका लै लोगे? अज किसान मजदूर इना जागरूक हो चुका है कि तुहानू ठगी मारनी देनी उन्हें। पहलों तो असी भी ठगियां मारनिया कोई ठेका लै लिया, हुण हर एक बंदा एक किसानी अंदोलन के नाल हर एक साडा जन जन जागरूक हो चुका है, उन्हें गल करनी आ गई, गल पुछनी आ गई है। इस करके साथीओ ये जिहड़ा तुसी लोग अहुदे लै रहे हो, कोई पैसे कमाउण नूं लै रहे हो जां शोहरत नूं, शोहरत तां खत्म हो गई, शोहरत जदों ਬੂਹਾਂ ਦੇ ਅੱਗੇ ਤੁਹਾਡੇ ਭਰਾ ਆ ਕੇ ਖੜੇ ਹੋ ਗਏ ਤੁਹਾਨੂੰ ਲਾਹਨਤਾਂ ਪਾਉਣ ਲੱਗੇ, ਸ਼ੋਹਰਤ ਤੇ ਉਦੋਂ ਹੀ ਖਤਮ ਹੋ ਗਈ। ਸ਼ੋਹਰਤ ਤਾਂ ਹੁੰਦੀ ਹੈ, ਸ਼ੋਹਰਤ ਹੁੰਦੀ ਹੈ ਆਪਣੇ ਭਰਾਵਾਂ ਨਾਲ, ਸ਼ੋਹਰਤ ਹੁੰਦੀ ਹੈ ਆਪਣੇ ਪਿੰਡ ਵਾਲਿਆਂ ਨਾਲ। ਉਹ ਸ਼ੋਹਰਤ ਤੁਹਾਡੀ ਖਤਮ ਹੋ ਗਈ ਜਦੋਂ ਤੁਹਾਡੇ ਬੂਹੇ ਦੇ ਅੱਗੇ ਆ ਕੇ ਤੁਹਾਨੂੰ ਲਾਹਨਤਾਂ ਪਾਉਣ ਲੱਗ ਗਏ, ਉਹ ਸ਼ੋਹਰਤ ਖਤਮ ਹੋ ਗਈ। ਦੂਸਰਾ ਪੈਸੇ ਵਾਲੀ ਗੱਲ ਆ ਗਈ, ਪੈਸਾ ਵੀ ਤੁਹਾਨੂੰ ਤਾਂ ਕਮਾਉਣ ਦੇਣਗੇ ਅਗਰ ਕੰਮ ਕਰਨਗੇ। ਪੈਸਾ ਤਾਂ ਉਹਨਾਂ ਨੂੰ ਚਾਹੀਦਾ ਹੈ, ਕਾਰਪੋਰੇਟ ਘਰਾਣਿਆਂ ਨੂੰ, ਉਹਨਾਂ ਨੂੰ ਦੇ ਰਿਹਾ, ਤੁਹਾਡੇ ਪੱਲੇ ਫਿਰ ਨਹੀਂ ਪੈਣਾ। ਤੁਸੀਂ ਬੇਇੱਜ਼ਤੀ ਵੀ ਕਰਾ ਰਹੇ ਹੋ ਅਹੁਦਿਆਂ ਦਾ, ਮਾਣ ਵੀ ਨਹੀਂ ਸਕਣਾ ਉਹਦੇ, ਅਗਰ ਬੀਜੇਪੀ ਦਾ ਝੰਡਾ ਲੈ ਕੇ ਬਾਹਰ ਵੀ ਨਹੀਂ ਚੱਲ ਸਕਣਾ, ਤੁਸੀਂ ਕੋਈ ਬੈਚ ਵੀ ਨਹੀਂ ਲਾ ਸਕਦੇ, ਤੇ ਫਿਰ ਤੁਹਾਨੂੰ ਅਹੁਦਿਆਂ ਦਾ ਜ਼ੋਰ ਤੇ ਕੀ ਪਈ ਆ? ਇਸ ਕਰਕੇ ਸਾਥੀਓ ਤੁਸੀਂ ਆਪਣੇ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਖੜੋ, ਆਪਣੇ ਪਰਿਵਾਰ ਦੇ ਨਾਲ ਖੜੋ। ਤੁਸੀਂ ਇਹਨਾਂ ਜੋ ਗਦਾਰਾਂ ਦੇ ਨਾਲ, ਜੋ ਇਕਦਾਰ ਨੇ ਇਹਨਾਂ ਦੇ ਨਾਲ ਨਾ ਖੜੋ। ਸਾਡੀਆਂ ਮਤਾਵਾਂ ਵੀ ਆ ਗਈਆਂ, ਨਾਰੀ ਸ਼ਕਤੀ ਜਿੰਦਾਬਾਦ, 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 ਸਾਡੀ ਭੈਣਾਂ ਦਾ ਹੱਕ ਜਿੰਦਾਬਾਦ, ਸਾਡੀਆਂ ਮਾਤਾਵਾਂ ਭੈਣਾਂ ਜਿੰਦਾਬਾਦ, ਜਿੰਦਾਬਾਦ, ਗੱਦਾਰ ਲੋਕ ਮੁਰਦਾਬਾਦ, ਮੁਰਦਾਬਾਦ, ਬੀਜੇਪੀ ਜੇਜੇਪੀ ਦੇ ਗੱਦਾਰ ਲੋਕ ਮੁਰਦਾਬਾਦ। ਸਾਡੀਆਂ ਮਾਤਾਵਾਂ ਵੀ ਆਈਆਂ ਨੇ ਵਿਰੋਧ ਵਾਸਤੇ। ਆਹ ਦੇਖੋ ਜਦੋਂ ਘਰ ਘਰ ਦਾ ਸਾਡੀਆਂ ਮਾਤਾਵਾਂ ਭੈਣਾਂ ਤੱਕ ਵੀ ਵਿਰੋਧ ਕਰਨ ਤੁਹਾਡੇ ਲਈ ਆ ਗਈਆਂ ਨੇ, ਇਸ ਤੋਂ ਵੱਡੀ ਤੁਹਾਡੀ ਲਾਹਨਤ ਵਾਲੀ ਗੱਲ ਨਹੀਂ ਕੋਈ। ਆਹ ਲੈ ਮਾਤਾ, ਆਹ ਮਾੜਾ ਜਿਹਾ ਨਾਅਰੇ ਲਗਾ ਦੇ ਦਿਓ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਜਿੰਦਾਬਾਦ, 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 ਕਿਸਾਨ ਮਜ਼ਦੂਰ ਜਿੰਦਾਬਾਦ, ਕਿਸਾਨ ਮਜ਼ਦੂਰ ਜਿੰਦਾਬਾਦ, 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 ਗੱਦਾਰ ਲੋਕ ਮੁਰਦਾਬਾਦ, ਬੀਜੇਪੀ ਜੇਜੇਪੀ ਦੇ ਗੱਦਾਰ ਮੁਰਦਾਬਾਦ। ਸਾਥੀਓ ਪਿੰਡ ਕਰਮਗੜ੍ਹ ਵਾਲਿਓ, ਮਾਤਾਵਾਂ ਭੈਣਾਂ ਵੀ ਇੱਥੇ ਪਹੁੰਚ ਚੁੱਕੀਆਂ ਵਿਰੋਧ ਕਰਨ, ਤੇ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਵੀ ਨਿਕਲ ਕੇ ਆਓ, ਆਪਣੇ ਇਹਨਾਂ ਲੋਕਾਂ ਨੂੰ ਪਛਾਣੋ ਜਿਹੜੇ ਕਿਸਾਨ ਤੇ ਮਜ਼ਦੂਰ ਕੌਮ ਦੇ ਗੱਦਾਰ ਨੇ। ਮਾਤਾਵਾਂ ਨੂੰ ਉਛਾਲੋ, ਉਹਨਾਂ ਗੱਦਾਰਾਂ ਨੂੰ ਪਛਾਣੋ ਵੀ ਇਹ ਗੱਦਾਰ ਲੋਕ ਕੌਣ ਕੌਣ ਨੇ। ਇਹ ਗੱਦਾਰ ਆਪਣੇ ਘਰੇ ਦੂਜੇ ਗੱਦਾਰਾਂ ਨੂੰ ਬੁਲਾ ਕੇ ਇਹ ਚਾਹਵਾਂ ਕੌਫੀਆਂ ਪੀ ਰਹੇ ਨੇ, ਤੇ ਇਹਨਾਂ ਦੇ ਕਿਸਾਨ ਤੇ ਮਜ਼ਦੂਰ ਸਾਥੀ ਸੜਕਾਂ ਤੇ ਰੁਲ ਰਹੇ ਨੇ। ਇਹਨਾਂ ਗੱਦਾਰਾਂ ਨੂੰ ਪਛਾਣੋ, ਇਹਨਾਂ ਗੱਦਾਰਾਂ ਦਾ ਪਿੰਡਾਂ ਦੇ ਵਿੱਚੋਂ ਵੀ ਬਾਈਕਾਟ ਕਰੋ। ਇਹ ਗੱਦਾਰ ਜਿਹੜੇ ਲੋਕ ਨੇ ਆਪਣੇ ਘਰੇ ਚਾਹ ਤੇ ਬੁਲਾ ਕੇ ਤੇ ਉਹਨਾਂ ਆਪਣੇ ਅਕਾਵਾਂ ਨੂੰ ਖੁਸ਼ ਕਰਦੇ ਨੇ, ਲਾਹਨਤ ਇਹੋ ਜਿਹੀ ਤੁਹਾਡੀਆਂ ਚਾਹਵਾਂ ਪੀਣ ਤੇ, ਜਿਹੜਾ ਪੂਰੇ ਪਿੰਡ ਦੇ ਸਾਡੇ ਸਾਥੀ ਮਾਤਾਵਾਂ ਭੈਣਾਂ ਤੁਹਾਡੇ ਬਾਹਰ ਆ ਕੇ ਤੁਹਾਡਾ ਵਿਰੋਧ ਕਰ ਰਹੀ ਹੈ, ਇਹੋ ਜਿਹੇ ਮੀਟਿੰਗਾਂ ਤੇ ਵੀ ਲਾਹਨਤ ਆ ਤੁਹਾਨੂੰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੁੱਛੀ ਬੋਲੋ ਬਈ, ਸੰਸਦ ਤੱਕ ਆਵਾਜ਼ ਚੜ ਗਈ ਹੈ ਤੇ ਇਹਨਾਂ ਗੱਦਾਰਾਂ ਤੱਕ ਆਪਾਂ ਪਹੁੰਚਾਈ ਜਾਂਦੇ, ਸੰਸਦ ਤੱਕ ਜਾਣੀ ਚਾਹੀਦੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸਾਡਾ ਭਾਈਚਾਰਾ ਜਿੰਦਾਬਾਦ, ਸਾਡਾ ਪਿੰਡ ਕਰਮਗੜ੍ਹ ਜਿੰਦਾਬਾਦ, ਸਾਡੇ ਪਿੰਡ ਕਰਮਗੜ੍ਹ ਦੇ ਨਿਵਾਸੀ ਜਿੰਦਾਬਾਦ। ਕਿਸਾਨਾਂ ਮਜ਼ਦੂਰਾਂ ਦੇ ਗੱਦਾਰ